ਅੱਖ ਅਰਵਾ ਦਾ ਕਾਟਾ ਕੁਲਚ ਨੂੰ ਮਾਫ ਕਰਨੀ ਬਾਣੀ ਸੱਚ ਖੰਡ ਵਿਖੇ ਪ੍ਰਵਾਨ ਕਰਨੀ ਬਾਣੀ ਦਾ ਕੁਚ ਭਾਵ ਵਿਛੜੀ ਆਤਮਾ ਨੂੰ ਫਲਦਾਇਕ ਕਰਾਉਣਾ ਕਹਿ ਤਕਬੀਰ ਸਮੋ ਰੇ ਸੰਤੋ ਖੇਤ ਹੀ ਕਰੋ ਨਵੇਰਾ ਅੱਗੀ ਵਾਰ ਬਖਸ਼ ਮੰਦੇ ਕੋ ਬਹੁਰ ਨ ਭੋਜਨ ਫੇਰਾ ਦਿਓ ਸਜਨ ਸਿਸੜੀਆਂ ਜੋ ਹੋਵੇ ਸਹਿ ਸਿਓ ਮੇਰ ਖਲਾਸ ਇੰਦਰ ਸਿੰਘ ਨੂੰ ਆਪਦੇ ਚਰਨਾ ਨਵਾਸਾ ਬਖਸ਼ਿਸ਼ ਕਰਨਾ ਪਿੱਛੇ ਪਰਿਵਾਰ ਨੂੰ ਤੇਰਾ ਕੀ ਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ ਭਾਣਾ ਮਨ ਦੀ ਤਾਕ ਬਖਸ਼ਿਸ਼ ਕਰਨੀ ਜੋ ਮਾਈ ਭਾਈ ਸਾਧ ਸੰਗਤ ਦੋ ਨੇੜੀ ਸਿੰਘ ਪੜ੍ਹਦੇ ਸੁਣਦੇ ਸਰਬੱਤ ਲਾਹੇ ਮੰਦ ਹੋ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਰੇ ਸੁਨਿਹਾਲ ਸਤਿ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਘਰ ਬਾਰਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਵੰਦਨਾ ਹਰ ਵੰਦਨਾ ਗੁਣ ਗਾਓ ਗੋਪਾਲ ਰਾਏ ਰਹਾਓ ਵੰਦਨਾ ਹਰ ਵੰਦਨਾ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਨਾਏ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਨਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਜੀ ਸੁਰਿੰਦਰ ਸਿੰਘ ਉਹਨਾਂ ਲਈ ਉਹਨਾਂ ਦੀ ਅੰਤਮ ਅਰਦਾਸ ਕਰਕੇ ਪਿਆਰ ਸਤਿਕਾਰ ਤੇ ਯੋਗਰੀਆਂ ਲੈ ਕੇ ਜੁੜੀ ਗੁਰੂ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰਿਆਂ ਨੇ ਸੰਗਤ ਰੂਪ ਵਿੱਚ ਪਿਛਲੀ ਰੂਹ ਲਈ ਰਲ ਕੇ ਅਰਦਾਸ ਕੀਤੀ ਹੈ। ਉਸ ਤੋਂ ਪਹਿਲਾਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਖਜੂਰੀ ਰਾਗੀ ਜਥੇ ਪਾਸੋਂ ਭਾਈ ਅਜੀਤਪਾਲ ਸਿੰਘ ਜੀ ਪਾਸੋਂ ਸ਼ਬਦ ਕੀਰਤਨ ਸਰਵਣ ਕੀਤਾ ਹੈ। ਮੈਨੂੰ ਆਗਿਆ ਹੋਈ ਸਾਡੀ ਸੰਗਤ ਦਾ ਧੰਨਵਾਦ ਕਰਾਂ ਪਰਿਵਾਰ ਵੱਲੋਂ। ਜਦ ਤੋਂ ਅਸੀਂ ਇਸ ਸ਼ਬਦ ਕੀਰਤਨ ਦੇ ਪ੍ਰੋਗਰਾਮ ਵਿੱਚ ਜੁੜੇ ਹਾਂ ਤਦ ਤੋਂ ਹੀ ਬਚਪਨ ਤੋਂ ਲੈ ਕੇ ਅੱਜ ਤੱਕ ਦੀਆਂ ਅਨੇਕਾਂ ਬੇਸ਼ੁਮਾਰ ਯਾਦਾਂ ਇੱਕ ਇੱਕ ਕਰਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਲਈ ਇੰਨਾ ਭੇਜਿਆ ਵੱਲੋਂ ਚਾਚੀ ਜੀ ਵੱਲੋਂ ਇਹ ਸੇਵਾ ਕਰਾਈ ਗਈ ਹੈ। ਸਾਰੇ ਨਗਰ ਵੱਲੋਂ ਪਰਿਵਾਰ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅਚਲ ਲਖੀ ਹੋ ਨਾ ਜਾਈ
Thank you.
उस भांडे का कितना कला के खन का हम आदमी हाँ एक दमी हम आदमी हाँ एक दमी मोहलत मोहत न जाना खावा के साथ साथ इस भांडे इतना कला के खंडा आगे तो किस तुलहावन या करवासा खंडा कहाँ के सासा इस पाने का इतना कला के खंडा हम आदमी हाँ एक दमी मोहलत मोहत न जाना कहाँ के फरमान है क्या जाना कि मरेंगे कैसा मरना हुए साइंसदार जो है बहुत सारे खेत्र तरक्की की है लेकिन जो ये समय आ जाता है दुनिया भर की ताकत इस समय टाल नहीं सकती रोक नहीं सकती जो दरगाही हुक्म आ जाता है फिर कोई दलील कोई अपील नहीं अपना बाजार चो कोई चीज खरीदते हाँ कुछ ना कुछ समा जरूर गरंटी हुआ करती है लेकिन इंसान एक ऐसा है जिसकी कीमत भी कोई नहीं है और गारंटी भी कोई नहीं है अंदर साथ या फिर वापस आना या नहीं आना इतनी की गारंटी है तो आज आप सतार संत सिंह जी अंतरदास करने वास्ते एकत्र हुए हाँ ये जानिया पहचानिया परिवार है जानिया पहचानिया सन पढ़े लिखे सन अपने बच्चे बहुत कामयाब किए यही जिंदगी का सब तो वड्डा इतिहास कबूल होंगे क्योंकि संगत हर पर्व बसे जियो संगत कुछ कदम बर्दाश्त करने का उस का हुक्म है ਵੀਰ ਜੀ ਭੈਣ ਜੀ ਤੁਹਾਡਾ ਮੈਨੂੰ ਇੱਕ ਸਾਧ ਸੰਗਤ ਜੀ ਤੁਹਾਨੂੰ ਮਿਲਣਾ ਬੜਾ ਔਖਾ ਹੈ ਬੜਾ ਕਠਿਨ ਹੋਣਾ ਮੈਨੂੰ ਇਸ ਵਕਤ ਇਸ ਸੰਗਤ ਦੇ ਪਾਤਸ਼ਾਹ ਇਸ ਸੰਗਤ ਸਾਡੇ ਸੰਸਾਰੀ ਜੀਵਾਂ ਕੋਲ ਅੰਮ੍ਰਿਤ ਬਾਣੀ ਗੁਜਰਾ ਹਰਦਾ
ਹੈ।